ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤਰਨਜੀਤ ਕੌਰ ਰਾਜਸਥਾਨ ਵਿੱਚ ਸਿਆਸੀ ਉਥਲ-ਪੁਥਲ ਜਾਰੀ ਕਾਂਗਰਸ ਨੇ ਸਚਿਨ ਪਾਰਟ ਨੂੰ ਸੂਬੇ ਦੇ ਉਪ ਮੁੱਖ ਮੰਤਰੀ ਅਤੇ ਸੂਬਾ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ CBSE ਵੱਲੋਂ 10ਵੀਂ ਜਮਾਤ ਦਾ ਨਤੀਜਾ ਪਲਕੇ ਐਲਾਨਿਆ ਜਾਵੇਗਾ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਰੀਜ਼ਾਂ ਦਾ ਅੰਕੜਾ 9 ਲੱਖ ਤੋਂ ਪਾਰ ਹੁਣ ਤੱਕ 571460 ਕਰੋਨਾ ਮਰੀਜ਼ ਸਿਹਤਯਾਬ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੋ ਯਾਤਰੀ ਦੂਜੇ ਸੂਬਿਆਂ ਤੋਂ ਪੰਜਾਬ ਵਿੱਚ 72 ਘੰਟਿਆਂ ਤੋਂ ਘੱਟ ਸਮੇਂ ਲਈ ਆਉਂਦੇ ਨੇ ਉਹਨਾਂ ਨੂੰ 14 ਦਿਨ ਗ੍ਰਹਿ ਇਕਾਂਤਵਾਸ ਦੀ ਸ਼ਰਤ ਤੋਂ ਛੋਟ ਦਿੱਤੀ ਜਾਵੇਗੀ ਤੇ ਹੁਣ ਖਬਰਾਂ ਵਿਸਥਾਰ ਨਾਲ ਪੂਰਬੀ ਲਦਾਖ ਵਿੱਚ ਭਾਰਤ-ਚੀਨ ਸਰਹੱਦ ਤੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਘਟ ਕਰਨ ਲਈ ਲੈਫਟੀਨੈਂਟ ਜਨਰਲ ਪੱਧਰ ਤੇ ਚੌਥੇ ਪੜਾ ਦੀ ਗੱਲਬਾਤ ਅੱਜ ਕੋਈ 11:30 ਵਜੇ ਭਾਰਤ ਵਾਲੇ ਪਾਸੇ ਚੁਸ਼ੂਲ ਸਰਹੱਦੀ ਚੌਂਕੀ ਵਿਖੇ ਸ਼ੁਰੂ ਹੋਈ ਇਸ ਤੋਂ ਪਹਿਲਾਂ ਕੌਮੀ ਸ੍ਰੇਖਿਆ ਅਸਲਾਕਰ ਅਜੀਤ ਡੋਵਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ 5 ਜੁਲਾਈ ਨੂੰ ਮੀਟਿੰਗ ਕੀਤੀ ਸੀ ਜਿਸ ਦੌਰਾਨ ਅਸਲ ਕੰਟਰੋਲ ਰੇਖਾ ਲਾਗਿਓ ਆਪਣੀਆਂ ਆਪਣੀਆਂ ਫੌਜਾਂ ਪਿੱਛੇ ਹਟਾਉਣ ਬਾਰੇ ਚਰਚਾ ਕੀਤੀ ਗਈ ਸੀ ਅੱਜ ਸ਼ੁਰੂ ਹੋਈ ਕੋਰ ਕਮਾਂਡਰਾਂ ਦੀ ਪੱਧਰ ਦੀ ਮੀਟਿੰਗ ਨੂੰ ਅਸਲ ਕੰਟਰੋਲ ਰੇਖਾ ਤੇ ਤਣਾਅ ਵਾਲੀਆਂ ਥਾਵਾਂ ਤੋਂ ਫੌਜਾਂ ਪਿੱਛੇ ਹਟਾਉਣ ਦੇ ਦੂਜੇ ਪੜਾਅ ਦੇ ਪਹਿਲੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਵੱਲੋਂ ਗਲਵਾਨ ਗੋਗਰਾ ਅਤੇ ਹੌਟਸਪ੍ਰਿੰਗਸ ਵਿੱਚੋਂ 30 ਜੂਨ ਨੂੰ ਕੋਰ ਕਮਾਂਡਰਾਂ ਦੀ ਮੀਟਿੰਗ ਤੋਂ ਬਾਅਦ ਆਪਣੀਆਂ ਫੌਜਾਂ ਪਿੱਛੇ ਹਟਾ ਲਈਆਂ ਗਈਆਂ ਸਨ ਫੌਜਾਂ ਪਿੱਛੇ ਹਟਾਉਣ ਦੇ ਮੌਜੂਦਾ ਅਮਲ ਤੋਂ ਇਲਾਵਾ ਅੱਜ ਦੀ ਮੀਟਿੰਗ ਪੈਨਗੋਂਗ ਸੋਦੇ ਫਿੰਗਰਚਾਰ ਅਤੇ ਦੀਪਸੰਗ ਮੈਦਾਨਾਂ ਵਿੱਚੋਂ ਫੌਜਾਂ ਦੀ ਮੁਕੰਮਲ ਵਾਪਸੀ ਤੇ ਕੇਂਦ੍ਰਿਤ ਰਹਿਣ ਦੀ ਸੰਭਾਵਨਾ ਹੈ ਅੱਜ ਦੀ ਮੀਟਿੰਗ ਵਿੱਚ ਪਾਰਤੀ ਡੈਲੀਗੇਸ਼ਨ ਦੀ ਅਗਵਾਈ ਜੀਓਸੀ ਫਾਇਰ ਐਂਡ ਫਿਊਰੀ ਕੋ ਲੈਫਟਿਨੈਂਟ ਜਰਨਲ ਹਰਿੰਦਰ ਸਿੰਘ ਅਤੇ ਚੀਨ ਵਾਲੇ ਪਾਸੇ ਦੀ ਅਗਵਾਈ ਦੱਖਣ ਸ਼ਿੰਜ਼ਿਆੰਗ ਮਿਲਟਰੀ ਪ੍ਰਾਂਤ ਮੇਜਰ ਜਰਨਲ ਲਿਊ ਲੀਨ ਕਰ ਰਹੇ ਨੇ ਪਾਰਟੀ ਫੌਜ ਦੇ ਮੁਖੀ ਜਨਰਲ ਐਮ ਐਮ ਨਰਵਣੀ ਨੇ ਅੱਜ ਵਜਰ ਕੋਰ ਨਾਲ ਸੰਬੰਧਿਤ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਇਕਾਈਆਂ ਦਾ ਦੌਰਾ ਕਰਕੇ ਪੱਛਮੀ ਸਰਹੱਦੀ ਖੇਤਰ ਵਿੱਚ ਜੰਗੀ ਤਿਆਰੀਆਂ ਦਾ جائزہ ਲਿਆ। ਰੱਖਿਆ ਮੰਤਰਾਲੇ ਵੱਲੋਂ ਜਾਰੀਕ ਬਿਆਨ ਅਨੁਸਾਰ ਫੌਜ ਮੁਖੀ ਨੇ ਕੱਲ ਕੁਮਾਂਤਰੀ ਸਰਹੱਦ ਤੇ ਜੰਮੂ ਅਤੇ ਪਠਾਨਕੋਟ ਖੇਤਰ ਦਾ ਦੌਰਾ ਕਰਕੇ ਫੀਲਡ ਕਮਾਂਡਰਾਂ ਤੇ ਫੌਜੀਆਂ ਨਾਲ ਗੱਲਬਾਤ ਕੀਤੀ ਸੀ ਜਨਰਲ ਨਰਵਣੀ ਦੇ ਸਟਾਰੀਜ਼ ਰਾਨ ਉਹਨਾਂ ਨਾਲ ਪੱਛਮੀ ਕਮਾਂਡ ਦੇ ਕਮਾਂਡਰ ਲੈਫਟੀਨੈਂਟ ਜਨਰਲ ਆਰ.ਪੀ ਸਿੰਘ ਵੀ ਹਾਜ਼ਰ ਸਨ ਇਸ ਦੌਰੇ ਦੌਰਾਨ ਉਹਨਾਂ ਵੱਜਰ ਕੋਰ ਦੇ ਇੱਕ ਹੋਰ ਕਮਾਂਡਰ ਲੈਫਟੀਨੈਂਟ ਜਨਰਲ ਸੰਜੀਵ ਸ਼ਰਮਾ ਸਮੇਤ ਪੈਂਥਰੇ ਤੇ ਗੋਲਡਨ ਐਰੋ ਡਿਵੀਜ਼ਨਾਂ ਦੇ ਜੀਓਸੀਨ ਸੀ ਨਾਲ ਵੀ ਵਿਚਾਰ ਚਰਚਾ ਕੀਤੀ ਜਵਾਨਾਂ ਨਾਲ ਸਿੱਧੀ ਗੱਲਬਾਤ ਰਾਨ ਉਹਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਫੌਜ ਮੁਖੀ ਨੇ ਦੇਸ਼ ਵਿਤ ਲਈ ਉਹਨਾਂ ਵੱਲੋਂ ਨਿਭਾਈ ਜਾ ਰਹੀ ਡਿਊਟੀ ਲਈ ਦਿਲੋਸ਼ ਲਾਗਾ ਕੀਤੀ ਫੌਜ ਮੁਖੀ ਨੇ ਕੋਵਿਡ ਮਹਾਮਾਰੀ ਖਿਲਾਫ ਜਾਰ ਦੀ ਭੂਮਿਕਾ ਦੀ ਸੁਲਾਗਾ ਕੀਤੇ ਉਹਨਾਂ ਫੌਜ ਤੇ ਸਾਰੇ ਅਧਿਕਾਰੀਆਂ ਤੇ ਜਵਾਨਾਂ ਨੂੰ ਇਸ ਮਹਾਮਾਰੀ ਤੋਂ ਬਚਾ ਰੱਖਦੇ ਹੋਏ ਆਪਰੇਸ਼ਨਲ ਤਿਆਰੀਆਂ ਲਈ ਹਰ ਵੇਲੇ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ ਸਚਿੰਗ ਪਾਇਲਟ ਵੱਲੋਂ ਬਗਾਵਤ ਤੋਂ ਬਾਅਦ ਰਾਜਸਥਾਨ ਵਿੱਚ ਸਿਆਸੀ ਸੰਕਟ ਹੋਰ ਗਹਿਰਾ ਗਿਆ ਏ ਅੱਜ ਕਾਂਗਰਸ ਵਿਧਾਨਕਾਰ ਪਾਰਟੀ ਦੀ ਮੀਟਿੰਗ ਦੌਰਾਨ ਸਚਿੰਗ ਪਾਇਲਟ ਨੂੰ ਸੂਬੇ ਦੇ ਉਪ ਮੁੱਖ ਮੰਤਰੀ ਅਤੇ ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਉਂਦਾ ਐਲਾਨ ਕੀਤਾ ਗਿਆ सचीन पायलट ਤੋਂ ਇਲਾਵਾ ਦੋ ਹੋਰ ਮੰਤਰੀਆਂ ਅਸ਼ਵਿੰਦਰ ਸਿੰਘ ਅਤੇ ਰਮੇਸ਼ ਮੀਨਾ ਨੂੰ ਮੰਤਰੀ ਮੰਡਲ ਤੋਂ ਹਟਾ ਦਿੱਤਾ ਗਿਆ ਇਸ ਦੌਰਾਨ ਮੁੱਖ ਮੰਤਰੀ ਅਸ਼ੋਕ ਗਹਿलोत ਨੇ ਸਚਿਨ ਪਾਇਲਟ ਤੇ ਭਾਜਪਾ ਦੇ ਹੱਥਾਂ ਵਿੱਚ ਖੇਡਣ ਦਾ ਇਲਜ਼ਾਮ ਲਗਾਇਆ ਹੈ ਕਾਂਗਰਸ ਵਿਧਾਨਕਾਰ ਪਾਰਟੀ ਦੀ ਮੀਟਿੰਗ ਤੋਂ ਬਾਅਦ ਅਸ਼ੋਕ ਗਹਿलोत ਨੇ ਕਿਹਾ ਕਿ ਭਾਜਪਾ ਮੱਧ ਪ੍ਰਦੇਸ਼ ਦੀ ਘਟਨਾ ਨੂੰ ਰਾਜਸਥਾਨ ਵਿੱਚ ਵੀ ਦੁਹਰਾਉਣਾ ਚਾਹੁੰਦੀ ਹੈ ਜਿਸ ਦੇ ਯੋਗ ਹੈ ਕਿ ਮੱਧ ਪ੍ਰਦੇਸ਼ ਵਿੱਚ ਕਮਲਨਾਥ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਜੋਤੀਰਾਦ ਦਿੱਤਿਆ ਸਿੰਧिया ਦੀ ਬਗਾਵਤ ਤੋਂ ਬਾਅਦ ਡਿੱਗ ਗਈ ਸੀ ਅਸ਼ੋਕ ਗਹਿलोत ਨੇ ਕਿਹਾ ਕਿ ਸਚਿਨ ਪਾਇਲਟ ਅਤੇ ਪ੍ਰਕਾਸ਼ ਕੀਤੇ ਗਏ ਕੂਟ ਮੰਤਰੀਆਂ ਤੇ ਵਿਧਾਨਕਾਰਾਂ ਨੂੰ ਮੌਕਾ ਦਿੱਤਾ ਗਿਆ ਕਿ ਉਹ ਬੀਤੇ ਕੱਲ ਤੇ ਅੱਜ ਮੀਆਂ ਕਾਂਗਰਸ ਵਿਧਾਨਕਾਰ ਪਾਰਟੀ ਦੀਆਂ ਮੀਟਿੰਗਾਂ ਵਿੱਚ ਹਿੱਸਾ ਲੈਣ ਪਰ ਅਜੇ ਹਾਂ ਨਹੀਂ ਹੋਇਆ ਅੱਜ ਕਾਂਗਰਸ ਵਿਧਾਨਕਾਰ ਪਾਰਟੀ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਅਸ਼ੋਕ ਘਲੋਤ ਨੇ ਰਾਜਪਾਲ ਕਲਰਾਸ ਮਿਸ਼ਰਾਨ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਸਚਿਨ ਪਾਲ ਐਸਮਿਤ ਤਿੰਨ ਮੰਤਰੀਆਂ ਨੂੰ ਮੰਤਰੀ ਮੰਡਲ ਵਿੱਚ ਉਹਨਾਂ ਦਾ ਵਿਕਾਸ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ ਰਾਜਸਥਾਨ ਵਿੱਚ ਸਿਆਸੀ ਸੰਕਟ ਦਰਮਿਆਨ ਸਚਿਨ ਪਾਲੜ ਦੇ ਧੜੇ ਦੇ ਕਈ ਵਿਧਾਨਕਾਰਾਂ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਉਸ ਦਾਅਵੇ ਦਾ ਖੰਡਨ ਕੀਤਾ ਹੈ ਕਿ ਉਨ੍ਹਾਂ ਨੂੰ 109 ਵਿਧਾਨਕਾਰਾਂ ਦੀ ਹਮਾਇਤ ਹਾਸਲ ਹੈ। सचीन पायलट दी वफादार विधान का रमेश मीणा ने जयपुर ਵਿੱਚ ਕਿਹਾ ਕਿ ਵਿਧਾਨ ਸਭਾ ਅਸ਼ੋਕ ਅਹਲੋਦ ਦੀ ਸਰਕਾਰ ਦਾ ਸ਼ਕਤੀ ਪ੍ਰੀਖਣ ਹੋਣਾ ਚਾਹੀਦਾ ਹੈ ਇਸ ਤੋਂ ਬਾਅਦ ਹੀ ਅਸ਼ੋਕ ਅਹਲੋਦ ਦੇ ਦਾਅਵੇ ਦਾ ਪਰਦਾ ਫਾਸ਼ ਹੋਵੇਗਾ मीणा ਉਹ ਨਵ ਵਿਧਾਨਕਾਰਾਂ ਵਿੱਚ ਸ਼ਾਮਿਲ ਸੀ ਜੋ ਅੱਜ ਤੇ ਕੱਲ ਹੋਈਆਂ ਕਾਂਗਰਸ ਵਿਧਾਨਕਾਰ ਪਾਰਟੀ ਦੀਆਂ ਮੀਟਿੰਗਾਂ ਵਿੱਚ ਸ਼ਾਮਿਲ ਨਹੀਂ ਹੋਏ ਸਨ ਅੱਜ ਹੋਈ ਕਾਂਗਰਸ ਵਿਧਾਨਕਾਰ ਪਾਰਟੀ ਦੀ ਮੀਟਿੰਗ ਦੌਰਾਨ ਸਚਿਨ ਪਾਇਲਟਸ ਮੇਤ ਰਮੇਸ਼ मीणा ਤੇ ਵਿਸ਼ਵਿੰਦਰ ਸਿੰਘ ਨੂੰ ਸੁਪਰ ਕੈਬਨਿਟ ਵਿੱਚੋਂ ਹਟਾਉਂਦਾ ਫਸ ਲਾਗੀ ਤੱਕਿਆ ਸੀ ਪਾਰਟੀ ਦੇ ਇੱਕ ਹੋਰ ਸੀਨੀਅਰ ਆਗੂ ਅਤੇ ਸ다ਸ਼ਵ ਦੇ ਵਿਧਾਨਕਾਰ ਬਨਵਾਰੀ ਲਾਲ ਸ਼ਰਮਾ ਨੇ ਵੀ ਅਸ਼ੋਕ ਗਹਿਲੋਤ ਕੋਲ 109 ਵਿਧਾਨਕਾਰ ਹੋਣ ਦੇ ਦਾਅਵੇ ਨੂੰ ਗਲਤ ਦੱਸਿਆ ਹੈ ਇਸ ਵਿਧਾਨਕਾਰ ਨੇ ਕਿਹਾ ਕਿ ਉਹ ਭਾਜਪਾ ਵਿੱਚ ਸ਼ਾਮਲ ਨਹੀਂ ਹੋਣਗੇ ਪਰ ਲੀਡਰਸ਼ਿਪ ਵਿੱਚ ਬਦਲਾਅ ਚਾਹੁੰਦੇ ਨੇ ਉਨ੍ਹਾਂ ਕਿਹਾ ਕਿ ਰਾਜਸਥਾਨ ਵਿਧਾਨ ਸਭਾ ਵਿੱਚ ਕਾਂਗਰਸ ਦੇ 107 ਵਿਧਾਨਕਾਰ ਨੇ ਅਤੇ ਇਸ ਵਿਲੇ ਬਾਗੀ ਵਿਧਾਨਕਾਰਾਂ ਦੇ ਕੈਂਪ ਵਿੱਚ 22 ਵਿਧਾਨਕਾਰ ਸ਼ਾਮਲ ਨਹੀਂ ਜਦ ਕਿ 6 ਹੋਰ 63 ਹੀ ਸ਼ਾਮਲ ਹੋ ਜਾਣਗੇ ਉਨ੍ਹਾਂ ਕਿਹਾ ਕਿ ਅਸ਼ੋਕ ਗਹਿਲੋਤ ਨਾਲ 81 ਵਿਧਾਨਕਾਰਾਂ ਤੋਂ ਵੱਧ ਨਹੀਂ ਹਨ ਬਨਵਾਰੀ ਲਾਲ ਸ਼ਰਮਾ ਨੇ ਕਿਹਾ ਕਿ ਵਿਧਾਨ ਸਭਾ ਸ਼ਕਤੀ ਪ੍ਰੇਕਣ ਤੋਂ ਬਾਅਦ ਸਭ ਕੁਝ ਸਪਸ਼ਟ ਹੋ ਜਾਵੇਗਾ सचिन पालेट स्मिथ ਹੂਰ ਕਾਂਗਰਸੀ ਵਿਧਾਨਕਾਰਾਂ ਵੱਲੋਂ ਬਗਾਵਤ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਅੱਜ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਰਾਜਸਥਾਨ ਵਿਧਾਨ ਸਭਾ ਵਿੱਚ ਬੋਮਸ ਸਾਬਿਤ ਕਰਨ ਲਈ ਕਿਹਾ ਹੈ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਕੁਲਪ ਚੰਦ ਕਟਾਰੀਆ ਨੇ ਅੱਜ Jaipur ਵਿੱਚ ਕਿਹਾ ਕਿ ਵਿਧਾਨਕਾਰਾਂ ਦੀਆਂ ਰਿਹਾਈਸ਼ਾਂ ਤੇ ਪੁਲਿਸ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਭਾਰਤੀ ਟ్రਾਈਬਲ ਪਾਰਟੀ ਦੇ ਵਿਧਾਨਕਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਪਾਰਟੀ ਦੇ ਰਾਜਸਥਾਨ ਵਿਧਾਨ ਸਭਾ ਵਿੱਚ ਦੋ ਵਿਧਾਇਕ ਨੇ ਤੇ ਪਾਰਟੀ ਨੇ ਆਪਣੇ ਵਿਧਾਨਕਾਰਾਂ ਨੂੰ ਸ਼ਕਤੀ ਬ੍ਰੇਕ ਕਰਨ ਸਮੇਂ ਨਿਰਪੱਖ ਰਹਿਣ ਲਈ ਕਿਹਾ ਹੈ ਇਸ ਤੋਂ ਪਹਿਲਾਂ ਭਾਰਤੀ ਟ్రਾਈਬਲ ਪਾਰਟੀ ਦੇ ਇਹ ਦੋ ਵਿਧਾਨਕਾਰ ਅਸ਼ੋਕਾ ਲੋਧੀ ਸਰਕਾਰ ਨੂੰ ਸਮਰਥਨ ਦੇ ਰਹੇ ਸਨ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਅਸ਼ੋਕ ਗਹਿਲੋਤ ਕੈਬਨਿਟ ਵਿੱਚ ਫੇਰ ਬਦਲ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਬਹੁਮਤ ਸਾਬਤ ਕਰਨ ਵਿਰੋਧੀ ਧਿਰ ਦੇ ਡਿਪਟੀ ਲੀਡਰ ਰਜਿੰਦਰ ਰੌਟ ਨੇ ਵੀ ਦਾਅਵਾ ਕੀਤਾ ਕਿ ਸ਼ਕਤੀ ਪ੍ਰੀਖਣ ਦੌਰਾਨ ਅਸ਼ੋਕ ਗਹਿਲੋਤ ਸਰਕਾਰ ਆਪਣਾ ਬਹੁਮਤ ਸਾਬਤ ਨਹੀਂ ਕਰ ਸਕੇਗੀ। ਪਾਸਪਤੀ ਸੂਬਾ ਪ੍ਰਧਾਨ ਤਿਸ਼ ਪੁਨੀਆ ਨੇ ਕਿਹਾ ਕਿ ਸੁਭਾ ਸਰਕਾਰ ਲੋਕਾਂ ਦਾ ਵਿਸ਼ਵਾਸ ਗੁਆ ਚੁੱਕੀ ਹੈ ਤੇ ਹੁਣ ਇਸੇ ਜਾਣ ਦਾ ਵਕਤ ਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਪਣੀ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੀਏ। ਪੁਨੀਆ ਨੇ ਕਿਹਾ ਕਿ ਪਾਰਟੀ ਜਨਤਾ ਪਾਰਟੀ ਸਥਿਤੀ ਤੇ ਨਜ਼ਰ ਰੱਖ ਰਹੀ ਹੈ। ਇਸ ਮਾਮਲੇ ਵਿੱਚ ਪਾਰਟੀ ਲੀਡਰਸ਼ਿ

ਕੇਂਦਰੀ ਮਾਧਮਿਕ ਸਿੱਖਿਆ ਬੋਰਡ ਯਾਨੀ CBSE ਵੱਲੋਂ 10ਵੀਂ ਜਮਾਤ ਦਾ ਨਤੀਜਾ ਭਲਕੇ ਐਲਾਨਿਆ ਜਾਵੇਗਾ ਬੋਰਡ ਵੱਲੋਂ ਸੋਮਵਾਰ ਨੂੰ 12ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕੀਤਾ ਗਿਆ ਸੀ 12ਵੀਂ ਜਮਾਤ ਦੇ ਨਤੀਜੇ ਦੇ ਐਲਾਨ ਸੰਬੰਧੀ ਕੋਈ ਅਗਾਊਂ ਜਾਣਕਾਰੀ ਬੋਰਡ ਵੱਲੋਂ ਜਾਰੀ ਨਹੀਂ ਕੀਤੀ ਗਈ ਸੀ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਰਮੇਸ਼ਪੁਰ ਕ੍ਰਿਆਲ ਨਿਸ਼ੰਗ ਨੇ ਟਵਿੱਟਰ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਕੇਂਦਰੀ ਮੰਤਰੀ ਨੇ ਵਿਦਿਆਰਥੀਆਂ ਉਹਨਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਟਵੀਟ ਸੁਨੇਹੇ ਵਿੱਚ ਲਿਖਿਆ ਹੈ ਕਿ ਸੀਬੀਐਸਸੀ ਦੇ 10ਵੀਂ ਜਮਾਤ ਦੇ ਨਤੀਜੇ ਭਲਕੇ ਐਲਾਨੇ ਜਾਣਗੇ ਬੋਰਡ ਵੱਲੋਂ ਨਤੀਜਿਆਂ ਦਾ ਐਲਾਨ ਅਸੈਸਮੈਂਟ ਦੇ ਆਧਾਰ ਤੇ ਕੀਤਾ ਜਾਵੇਗਾ ਕਿਉਂਕਿ ਜੋ ਕੋਵਿਡ-19 ਮਹਾਮਾਰੀ ਦੇ ਚੱਲਦਿਆਂ 10ਵੀਂ ਦੀਆਂ ਬਾਕੀ ਰਹਿਣ ਦੀਆਂ ਪ੍ਰੀਖਿਆਵਾਂ ਵਾਂ ਰੱਦ ਕਰ ਦਿੱਤੀਆਂ ਸਨ ਇਸੇ ਤਰ੍ਹਾਂ 12ਵੀਂ ਜਮਾਤ ਦੀਆਂ ਮੁਲਤਵੀ ਹੋਈਆਂ ਪ੍ਰੀਖਿਆਵਾਂ ਵੀ ਪੂਰੇ ਦੇਸ਼ ਵਿੱਚ ਪਹਿਲਾ ਇਸੇ ਮਹੀਨੇ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਨਾਲ ਨਾਲ ਉੱਤਰ-ਪੂਰਬੀ ਦਿੱਲੀ ਵਿੱਚ ਦੰਗਿਆਂ ਦੇ ਚੱਲਦਿਆਂ ਰੱਦ ਹੋਈਆਂ 10ਵੀਂ ਜਮਾਤ ਯਾ ਬੋਰਡ ਵੱਲੋਂ ਸਾਰੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕੀਤਾ ਗਿਆ ਸੀ ਦੇਸ਼ ਭਰ ਵਿੱਚ ਕੋਵਿਡ-19 ਨਾਲ ਸਤੇਤਿਆਬ ਹੋਣ ਵਾਲਿਆਂ ਦੀ ਦਰ ਵਧ ਕੇ 36.02% ਤੱਕ ਪਹੁੰਚ ਗਈ ਹੈ ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ ਦੇਸ਼ ਵਿੱਚ ਸਥਿਤੀਆ ਬਹੁਣ ਵਾਲਿਆਂ ਦੀ ਗਿਣਤੀ 571460 ਹੋ ਗਈ ਹੈ। ਪਿਛਲੀ 24 ਘੰਟਿਆਂ ਦੌਰਾਨ 17999 ਮਰੀਜ਼ ਕਰੋਨਾ ਤੋਂ ਸਥਿਤੀਆ ਬਹੁ ਕੇ ਘਰੋਂ ਘਰੀ ਪਰਤ ਚੁਕੇ ਨੇ। ਦੇਸ਼ ਵਿੱਚ ਇਸ ਵੇਲੇ ਕਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 311565 ਹੈ। ਬੀਤੇ 24 ਘੰਟਿਆਂ ਦੌਰਾਨ ਦੇਸ਼ ਵਿੱਚ 28498 ਨਵੇਂ ਮਾਮਲੇ ਸਾਹਮਣੇ ਆਏ ਨੇ ਜਿਸ ਨਾਲ ਕਰੋਨਾ ਦੀ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ 906752 ਹੋ ਗਈ ਹੈ। ਇੱਕ ਦਿਨ ਵਿੱਚ 553 ਮੌਤਾਂ ਹੋਈਆਂ ਦੇਸ਼ ਵਿੱਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 23727 ਹੋ ਗਈ ਹੈ ਦੇਸ਼ ਵਿੱਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਦਰ 2.61% ਦੇ ਦੇਸ਼ ਵਿੱਚ 30 ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਅਜਿਏ ਨੇ ਜਿੱਥੇ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਦਰ ਕੌਮੀ ਔਸਤ ਤੋਂ ਘੱਟੇ ਸੇਤੀਆਬ ਹੋਣ ਵਾਲਿਆਂ ਦੀ ਗੱਲ ਕਰੀਏ ਤਾਂ ਲਦਾਖ, ਦਿੱਲੀ, ਉੱਤਰਾਖੰਡ, ਛੱਤੀਸਗੜ੍ਹ ਅਤੇ ਹਰਿਆਣਾ ਵਿੱਚ ਰਿਕਵਰੀ ਦਰ 75 ਫੀਸਦੀ ਤੋਂ ਵੱਧ ਹੈ ਕੋਵਿਡ-19 ਤੋਂ ਸਭ ਤੋਂ ਵੱਧ ਸੇਤੀਆਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਦੇ ਲਿਹਾਜ਼ ਨਾਲ ਮਹਾਰਾਸ਼ਟਰ ਸਭ ਤੋਂ ਅੱਗੇ ਦੂਜੇ ਨੰਬਰ ਤੇ ਤਾਮਿਲਨਾਡੂ ਤੇ ਤੀਜੇ ਨੰਬਰ ਤੇ ਦਿੱਲੀਏ ਦੇਸ਼ ਦੇ 20 ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਅਜਿਏ ਨੇ ਜਿੱਥੇ ਸੇਤੀਆਬ ਹੋਣ ਵਾਲਿਆਂ ਦੀ ਦਰ ਕੌਮੀ ਔਸਤ ਤੋਂ ਵੱਧ ਹੈ ਡਾਕਟਰੀ ਕੋਸ਼ਤਬਾਰੀ ਕੇਂਦਰੀ ਕੌਂਸਲ ਯਾਨੀ ICMR ਦੇ ਇੱਕ ਬੁਲਾਰੀ ਨੇ ਦੱਸਿਆ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੀਆਂ ਵੱਖ-ਵੱਖਰੀਆਂ ਲੈਬਾਰਟਰੀਆਂ ਵਿੱਚ ਕਰੋਨਾ ਦੀ ਜਾਂਚ ਦੰਦੀ 286247 ਟੈਸਟ ਕਰਵਾਏ ਗਏ ਜਿਹੜੇ ਹੁਣ ਤੱਕ ਦੇਸ਼ ਵਿੱਚ ਇੱਕ ਦਿਨ ਵਿੱਚ ਕਰਵਾਏ ਗਏ ਸਭ ਤੋਂ ਵੱਧ ਟੈਸਟ ਨੇ ਉਹਨਾਂ ਦੱਸਿਆ ਕਿ ਦੇਸ਼ ਭਰ ਵਿੱਚ ਹੁਣ ਤੱਕ 1 ਕਰੋੜ 20 ਲੱਖ 92503 ਟੈਸਟ ਕਰਵਾਏ ਜਾ ਚੁੱਕੇ ਨੇ ਇਸ ਲਈ ਦੇਸ਼ ਭਰ ਵਿੱਚ 1206 ਲੈਬਾਰਟਰੀਆਂ ਆਪਣੀਆਂ ਸੇਵਾਵਾਂ ਦੇ ਰਹੀਆਂ ਨੇ ਜਿਨ੍ਹਾਂ ਵਿੱਚੋਂ 853 ਸਰਕਾਰੀ ਅਤੇ 353 ਪ੍ਰਾਈਵੇਟ ਲੈਬਾਰਟਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੋ ਯਾਤਰੀ ਦੂਜੇ ਸੂਬਿਆਂ ਤੋਂ ਪੰਜਾਬ ਵਿੱਚ 72 ਘੰਟਿਆਂ ਤੋਂ ਘੱਟ ਸਮੇਂ ਲਈ ਆਉਂਦੇ ਨੇ ਉਹਨਾਂ ਨੂੰ 14 ਦਿਨ ਗ੍ਰਹਿ ਇਕਾਂਤਵਸ ਦੀ ਸ਼ਰਤ ਤੋਂ ਛੋਟ ਦਿੱਤੀ ਜਾਵੇਗੀ। ਮੁੱਖ ਮੰਤਰੀ ਵੱਲੋਂ ਜਾਰੀਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਫੈਸਲਾ ਉਹਨਾਂ ਵਿਦਿਆਰਥੀਆਂ ਅਤੇ ਬਿਜ਼ਨਸ ਦੇ ਮਾਮਲੇ ਵਿੱਚ ਸੂਬੇ ਵਿੱਚ ਆਉਣ ਵਾਲੇ ਮੁਸਾਫਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ ਜੋ ਪੰਜਾਬ ਵਿੱਚ ਪਹੁੰਚਣ ਤੋਂ ਬਾਅਦ 72 ਘੰਟਿਆਂ ਤੋਂ ਘੱਟ ਸਮੇਂ ਲਈ ਇੱਥੇ ਠਹਿਰਦੇ ਨੇ ਪਰ ਇਹਨਾਂ ਲੋਕਾਂ ਨੂੰ ਪੰਜਾਬ ਦੀ ਸੀਮਾ ਤੇ ਸਥਾਪਿਤ ਚੈੱਕਪੋਸਟ ਤੇ ਕੋਵਾ ਐਪ ਰਾਹੀਂ ਸਟੈਂਡਰਡ ਫਾਰਮ ਤੇ ਇੱਕ ਅਸਮੀ ਸਵੇਖੋਸ਼ਨਾ ਪੱਤਰ ਦੇਣਾ ਹੋਵੇਗਾ ਇਹਨਾਂ ਮੁਸਾਫਿਰਾਂ ਨੂੰ ਪੰਜਾਬ ਵਿੱਚ ਦਾਖਲ ਹੋਣ ਤੋਂ ਪਹਿਲਾਂ ਕੋਵਾ ਐਪ ਡਾਊਨਲੋਡ ਕਰਨੀ ਲਾਜ਼ਮੀ ਹੋਵੇਗੀ ਕਿ ਕੋਵਾ ਐਪ ਦੇ ਮੁਸਾਫਿਰ ਸੂਚਨਾ ਸੈਕਸ਼ਨ ਵਿੱਚ ਵੀ ਦਾਖਲ ਕਰਨ ਦੇ ਨਾਲ ਨਾਲ ਇਸ ਬਾਰੇ ਸਵੇਖੋਸ਼ਨਾ ਪੱਤਰ ਵੀ ਦੇਣਾ ਹੋਵੇਗਾ ਕਿ ਉਹਨਾਂ ਦੇ ਪੰਜਾਬ ਵਿੱਚ ਠਹਿਰਨ ਦੇ ਸਮੇਂ ਦੌਰਾਨ ਕੋਵਾ ਐਪ ਐਕਟਿਵ ਰਹੇਗੀ 72 ਘੰਟਿਆਂ ਤੋਂ ਘੱਟ ਸਮੇਂ ਲਈ ਪੰਜਾਬ ਵਿੱਚ ਰੁਕਣ ਵਾਲੇ ਮੁਸਾਫਿਰਾਂ ਨੂੰ ਇੱਕ ਵਾਧੂ ਨਿਰਧਾਰਿਤ ਸੰਚਾਲਨ ਵਿਧੀ ਦੇ ਅਨੁਸਾਰ ਚੱਲਣਾ ਹੋਵੇਗਾ ਜਿਸ ਤਹਿਤ ਉਹਨਾਂ ਨੂੰ ਇਹ ਲਿਖਤੀ ਤੌਰ ਤੇ ਦੇਣਾ ਹੋਵੇਗਾ ਕਿ ਉਹ ਕੰਟੇਨਮੈਂਟ ਜ਼ੋਨ ਤੋਂ ਨਹੀਂ ਆ ਰਹੇ ਅਤੇ ਪੰਜਾਬ ਵਿੱਚ ਬਹੁਤ ਦਰ ਘੰਟਿਆਂ ਤੋਂ ਬਾਅਦ ਸਮੇ ਲਈ ਨਹੀਂ ਰੁਕਣਗੇ ਇਸ ਸਮੇਂ ਦੌਰਾਨ ਉਹ ਆਪਣੀ ਸਿਹਤ ਦੀ ਮਾਨੀਟਰਿੰਗ ਕਰਦੇ ਰਹਿਣਗੇ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਗੇ ਇਸ ਤੋਂ ਇਲਾਵਾ ਪੰਜਾਬ ਵਿੱਚ ਠਹਿਰਨ ਦੇ ਸਮੇਂ ਦੌਰਾਨ ਉਹ ਨਿਗਰਾਨ ਟੀਮ ਦੇ ਸੰਪਰਕ ਵਿੱਚ ਰਹਿਣਗੇ ਅਤੇ ਜੇ ਉਹਨਾਂ ਨੂੰ ਆਪਣੇ ਆਪ ਵਿੱਚ ਕਿਸੇ ਤਰ੍ਹਾਂ ਦੇ ਕੋਵਿਡ-19 ਦੇ ਲੱਛਣ ਨਜ਼ਰ ਆਉਂਦੇ ਨੇ ਤਾਂ ਉਹ ਤੁਰੰਤ 104 ਨੰਬਰ ਤੇ ਫੋਨ ਕਰਨਗੇ ਇਨਸਾਰੀਆਂ پابੰਦੀਆਂ ਦੀ ਜੀ ਮੁਸਾਫਰਾਂ ਨੂੰ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ ਅਤੇ ਜੇ ਉਹ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਸ਼ਰਤ ਨੂੰ ਨਹੀਂ ਮੰਨਦੇ ਤਾਂ ਉਹਨਾਂ ਵਿਰੁੱਧ ਆਈਪੀਸੀ ਦੀ ਧਾਰਾ 188 ਹਰਤੇਤ ਮਹਾਮਾਰੀ ਕਾਨੂੰਨ 1897 ਦੇ ਪ੍ਰਬੰਧਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਆਪਣਾ ਸਫ਼ਰ ਮੁਕੰਮਲ ਕਰਕੇ ਵਾਪਸ ਜਾਣ ਤੋਂ ਬਾਅਦ ਜੇ ਮੁਸਾਫਿਰਾਂ ਵਿੱਚ ਕੋਰੋਨਾ ਟੈਸਟ ਪੋਜ਼ਿਟਿਵ ਆਉਂਦਾ ਹੈ ਤਾਂ ਉਹਨਾਂ ਨੂੰ ਤੁਰੰਤ 104 ਨੰਬਰ ਤੇ ਪੰਜਾਬ ਸਰਕਾਰ ਨਾਲ ਸੰਪਰਕ ਕਰਨਾ ਹੋਵੇਗਾ ਅਤੇ ਸਰਕਾਰ ਉਸ ਵਿਅਕਤੀ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਤਲਾਸ਼ ਵਿੱਚ ਮਦਦ ਕਰਨੀ ਹੋਵੇਗੀ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਗ੍ਰਹਿਲੂ ਮੁਸਾਫਿਰਾਂ ਲਈ ਗ੍ਰਹਿ ਇਕਾਂਤਵਾਸੀ ਲੋੜ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ ਸੀ ਅਤੇ ਇਸੇ ਤਰ੍ਹਾਂ ਮੁਸਾਫਿਰ ਵੱਲੋਂ ਖੁਦ ਹੀ ਆਪਣੀ ਸਿਹਤ ਦੀ ਮੋਨੀਟਰਿੰਗ ਕਰਨ ਦੀ ਗੱਲ ਕਹੀ ਸੀ ਪਰ ਪੰਜਾਬ ਦੀ ਮੁੱਖ ਮੰਤਰੀ ਨੇ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਪੰਜਾਬ ਇਸ ਕੋਰੋਨਾ ਵਾਇਰਸ ਦੇ ਵੱਧਦੇ ਮਾਮਲੇ ਵਿੱਚ ਕਵਾਰੰਟਾਈਨ ਪਾਬੰਦੀਆਂ ਜਾਰੀ ਰਹਿਣਗੀਆਂ। ਮਨਰੇਗਾ ਸਕੀਮ ਨੇ ਖਾਸ ਕਰਕੇ ਪਿੰਡੂ ਇਲਾਕੇ ਦੇ ਗਰੀਬ ਲੋਕਾਂ ਨੂੰ ਲਾਕਡਾਊਨ ਅਤੇ ਕੋਰੋਨਾ ਵਾਇਰਸ ਦੇ ਮੌਜੂਦਾ ਤੌਰ ਸਮੇਂ ਰੋਜ਼ਗਾਰ ਵਿੱਚ ਬਹੁਤ ਮਦਦ ਕੀਤੀ ਹੈ। ਲੌਕਡਾਊਨ ਫਰਾਂਜਸਾਰੇ ਕਾਰੋਬਾਰ ਬੰਦ ਪੈਸਾਨ ਅਤੇ ਲੋਕਾਂ ਨੂੰ ਰੋਟੀ ਦੀ ਚਿੰਤਾ ਪੈ ਗਈ ਤਾਂ ਮਨਰੇਗਾ ਸਕੀਮ ਤਹਿਤ ਉਹਨਾਂ ਨੂੰ ਕੰਮ ਮਿਲਣਾ ਤੇ ਕਹਿੰਦੇ ਸਰਕਾਰ ਦੀਆਂ ਹੋਰ ਸਕੀਮਾਂ ਤਹਿਤ ਲਾਭ ਮਿਲਣ ਕਾਰਨ ਜੀਵਨ ਸੁਖਾਲਾ ਹੋਇਆ ਮਨਰੇਗਾ ਕਾਮਿਆਂ ਨੂੰ ਆਪਣੀ ਪਿੰਡ ਦੇ ਅੰਦਰ ਹੀ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਜਿਸ ਨਾਲ ਉਹਨਾਂ ਦੇ ਘਾੜੇ ਖਰਚੇ ਪੂਰੇ ਹੁੰਦੇ ਨੇ ਜਲੰਧੇ ਨੇੜੇ ਪੈਂਦੇ ਪਿੰਡ ਬੱਲਾਂ ਵਿੱਚ ਸਫਾਈ ਦੇ ਕੰਮ ਵਿੱਚ ਲੱਗੇ ਮਨਰੇਗਾ ਮਜ਼ਦੂਰਾ ਨੇ ਕਿਹਾ ਕਿ ਇਹ ਸਕੀਮ ਉਹਨਾਂ ਵਾਸਤੇ ਵਰਦਾਨ ਸਾਬਤ ਹੋਈ ਮਨਰੇਗਾ ਤਹਿਤ ਕੰਮ ਮਿਲਣ ਤੇ ਔਖੇ ਸਮੇਂ ਵਿੱਚ ਉਹਨਾਂ ਦਾ ਦਾਲ-ਫੁੱਲ ਚੱਲਦਾ ਰਿਹਾ ਬੱਲਾਂ ਦੀ ਮਨ ਗੱਲ ਮੈਂ ਦੁਰਤੋਸ਼ੀ ਨਿਰਮਲਾ ਦੇਵੀ ਵਿਮਲਾ ਦੇਵੀ ਅਤੇ ਲక్ష్ਮੀ ਦੇਵੀ ਨੇ ਮਨਰੇਗਾ ਤਹਿਤ ਉਹਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਤੇ ਖਾਸ ਕਰਕੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ਉਹਨਾਂ ਦੱਸਿਆ ਕਿ ਬੱਲਾਪਿੰਡ ਦੇ 20 ਤੋਂ 22 ਲੋਕਾਂ ਨੂੰ ਇਸ ਸਕੀਮ ਤਹਿਤ ਰੋਜ਼ਗਾਰ ਮਿਲਿਆ ਹੈ ਮੈਂ ਤਾਂ ਸਰਕਾਰ ਦਾ ਧੰਨਵਾਦ ਕਰਨਾ ਚਾਹੂੰਗੀ ਕਿ ਮੋਦੀ ਸਾਹਿਬ ਜੀ ਨੇ ਵਧੀਆ ਕੀਤਾ ਹੈ ਕਿ ਰੋਟੀ ਰੋਜ਼ੀ ਗਰੀਬਾਂ ਨੂੰ ਬਰਸੀ ਹੈ ਅਸੀਂ ਇਦਾਂ ਹੈ ਕਿ 263 ਰੁਪਏ ਦਿਹਾੜੀ ਆ ਜਿਹਦੇ ਵਿੱਚ ਵਧੀਆ ਹੈ ਚਲੋ ਸਾਡਾ ਘਰ ਦਾ ਗੁਜ਼ਾਰਾ ਚੱਲਿਆ ਆ ਐ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਨੂੰ ਰੋਜ਼ਗਾਰ ਚਲਾਇਆ ਲੋਕਡਾਊਨ ਦੇ ਵਿੱਚ ਬਿਮਾਰੀ ਦੇ ਚੱਲਦੇ ਸਾਨੂੰ ਕੰਮ ਬੰਦ ਹੋ ਗਿਆ ਸੀ ਇਸ ਕਰਕੇ ਬਹੁਤ ਜ਼ਿਆਦਾ ਤੰਗੀ ਵਿੱਚ ਗੁਜ਼ਰ ਰਹੇ ਆ ਇਸ ਕਰਕੇ ਸਾਨੂੰ ਅਸੀਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ 263 ਰੁਪਏ ਜਿਹੜੀ ਸਾਡੀ ਦਿਹਾੜੀ ਆ ਇਹ ਵੀ ਚਲੋ ਰੋਜ਼ਗਾਰ ਦੇ ਸਮੇਂ ਜਿੱਦਾਂ ਜਾਣ ਕੇ ਘੱਟ ਵਾ ਸਾਨੂੰ 300 ਰੁਪਏ ਦਿਹਾੜੀ ਹੋਣੀ ਚਾਹੀਦੀ ਆ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ कोरोना वायरस ਦੇ ਚੱਲਦੇ ਹੋਏ ਵੀ ਸਾਨੂੰ ਰੋਜ਼ਗਾਰ ਦਿੱਤਾ ਹੈ ਬਹੁਤ ਧੰਨਵਾਦ ਤੇ ਸਾਡੀ ਜਿਹੜੀ ਦਿਹਾੜੀ ਹੈ 263 ਰੁਪਏ ਆ ਤੇ ਸਾਡੀ ਦਿਹਾੜੀ ਵੱਧ ਤੋਂ ਵੱਧ ਵਧਾਈ ਜਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇਦੇ ਸੰ ਰੋਜ਼ਗਾਰ ਜਿਹੜਾ ਮਿਲਦਾ ਰਹੇ ਹਾਂਜੀ ਕੰਮ ਮਿਲ ਰਿਹਾ ਜੀ ਬਦਿਆ ਆ ਕੰਮ ਤੁਰਿਆ ਹੈ ਹਾਂਜੀ ਤਾਂ ਰੋਜੀ ਰੋਟੀ ਤੁਰਿਆ ਹੈ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਤੇ ਜ਼ਿਲਾਲੀ ਖਬਰਾਂ ਦੇ ਬੁਲੇਟਿਨ ਖਤਮ ਹੁੰਦਾ ਹੈ ਆਗਿਆ ਦਿਓ ਨਮਸਕਾਰ